ਦਸੂਹਾ ਦੇ ਕੰਢੀ ਕਨਾਲ ਨਹਿਰ 'ਚ ਇੱਕ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਦੱਸ ਦਈਏ ਕਿ ਇਹ ਨੌਜਵਾਨ ਹੋਲੀ ਤੋਂ ਬਾਅਦ ਇਸ ਨਹਿਰ ਵਿੱਚ ਨਹਾਉਣ ਲਈ ਗਿਆ ਸੀ, ਜਿੱਥੇ ਇਹ ਸਾਰਾ ਹਾਦਸਾ ਵਾਪਰਿਆ ਹੈ। ਹੋਲੀ ਦੇ ਦਿਨ ਵਾਪਰੇ ਇਸ ਮੰਦਭਾਗੇ ਹਾਦਸੇ ਨਾਲ ਪੂਰੇ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਜੀਪੁਰ ਥਾਣਾ ਖੇਤਰ ਦੇ ਪਿੰਡ ਛਿਪਰੀਆਂ ਦੇ ਗਊਘਾਟ ਨੇੜੇ ਕੰਢੀ ਨਹਿਰ ਦੇ ਕੋਲ ਇੱਕ ਨੌਜਵਾਨ ਰੋਹਿਤ ਰਾਣਾ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਪਿੰਡ ਕਿਆਰੀ ਮੁਹੱਲਾ ਦਾ ਰਹਿਣ ਵਾਲਾ ਰੋਹਿਤ ਰਾਣਾ ਆਪਣੇ ਦੋਸਤਾਂ ਨਾਲ ਹੋਲੀ ਖੇਡਦੇ ਹੋਏ ਕੰਢੀ ਨਹਿਰ ਦੇ ਪਿੰਡ ਛਿਪਰੀਆਂ ਦੇ ਘਾਟ ਨੇੜੇ ਨਹਾਉਣ ਲੱਗਾ ਤਾਂ ਨਹਿਰ ਵਿੱਚ ਉਸਦਾ ਪੈਰ ਅੜ ਗਿਆ, ਜਿਸ ਨਾਲ ਉਹ ਨਹਿਰ ਵਿੱਚ ਡੁੱਬ ਗਿਆ। ਉਸ ਨੂੰ ਤੁਰੰਤ ਬਾਅਦ ਨਹਿਰ 'ਚੋਂ ਬਾਹਰ ਕੱਢ ਕੇ ਸਰਕਾਰੀ ਹਸਪਤਾਲ ਹਾਜੀਪੁਰ 'ਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। SHO ਹਾਜੀਪੁਰ ਪੰਕਜ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਹਾਜੀਪੁਰ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਲਈ ਦੱਸ ਦਈਏ ਕਿ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਕਈ ਵਾਰ ਵਾਪਰ ਚੁੱਕੀਆਂ ਹਨ, ਪਰ ਫਿਰ ਵੀ ਨੌਜਵਾਨ ਇਸ ਨਹਿਰ ਵਿੱਚ ਨਹਾਉਣ ਤੋਂ ਨਹੀਂ ਹਟਦੇ। ਪ੍ਰਸ਼ਾਸਨ ਵੱਲੋਂ ਵੀ ਵਾਰ ਵਾਰ ਇੱਥੇ ਸਖ਼ਤ ਚੇਤਾਵਨੀ ਦਿੱਤੀ ਜਾ ਰਹੀ ਹੈ, ਪਰ ਫਿਰ ਵੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਡਾਕਟਰ ਅਭਿਨਵ ਸ਼ਰਮਾ, ਇੱਥੇ ਮੈਂ ਐਮਰਜੈਂਸੀ ਡਿਊਟੀ CHC ਹਾਜੀਪੁਰ ਤੇ ਪ੍ਰੈਜ਼ੈਂਟ ਸੀਗਾ। ਪੇਸ਼ੈਂਟ ਦਾ ਨਾਮ ਸੀਗਾ ਰੋਹਿਤ ਰਾਣਾ, ਠੀਕ ਹੈ। 17 ਸਾਲ ਇਹਦੀ ਉਮਰ ਦੱਸੀ ਗਈ ਹੈ। ਇਹ ਮੁੰਡੇ ਹੋਲੀ ਖੇਲ ਰਹੇ ਸੀਗੇ ਅਤੇ ਉਸ ਤੋਂ ਬਾਅਦ ਇਹ ਨਹਿਰ 'ਚ ਨਹਾਉਣ ਚੱਲ ਗਏ ਅਤੇ ਜਿਹੜੇ ਇਹਦੇ ਦੋਸਤ ਨੂੰ ਲੈ ਕੇ ਆਏ ਸੀ ਉਹਦੇ ਵੱਲੋਂ ਦੱਸਿਆ ਗਿਆ ਸੀਗਾ ਕਿ ਇਹ ਨਹਿਰ 'ਚ ਡੁੱਬਣ ਕਰਕੇ ਇਹਦੀ ਲੱਤ ਫਸ ਗਈ ਸੀ ਕਿਤੇ ਨਹਿਰ 'ਚ ਨਾ, ਅਤੇ ਉਹਦੇ ਕਰਕੇ ਇਹਨੇ ਕਾਫੀ ਸੰਘਰਸ਼ ਕੀਤਾ, ਪਰ ਇਹਨੂੰ ਕੱਢਣ 'ਚ ਕਾਫੀ ਟਾਈਮ ਲੱਗ ਗਿਆ ਅਤੇ ਜਿਸ ਟਾਈਮ ਇਹ ਹੋਸਪਿਟਲ ਤੱਕ ਲੈ ਕੇ ਆਏ ਸੀ ਮੁੰਡੇ ਨੂੰ, ਉਸ ਤੱਕ ਉਦੋਂ ਤੱਕ ਤਾਂ ਮੁੰਡੇ ਦੀ ਡੈਥ ਹੋ ਚੁੱਕੀ ਸੀਗੀ। ਅਤੇ ਜਿੱਦਾਂ ਇਹਨੂੰ ਲਿਆਇਆ ਸੀ CPRO ਕੀਤਾ ਅਤੇ ਨਾਲ ਹੀ ECG ਵਗੈਰਾ ਕਰਾਈ ਸੀਗੀ ਅਤੇ ECG 'ਚ ਵੀ ਇਹਦੇ ਇਹੀ ਪੁਸ਼ਟੀ ਹੋਈ ਕਿ ਹੈ ਨਹੀਂ। ਅਤੇ ਉਸ ਤੋਂ ਬਾਅਦ ਅਸੀਂ ਪੁਲਿਸ ਇਨਫੋਰਮ ਕਰਤੀ ਹੈ ਅਤੇ ਇਹਨਾਂ ਦੇ ਘਰਦਿਆਂ ਨੂੰ ਵੀ ਇਨਫੋਰਮ ਕਰ ਦਿੱਤਾ ਗਿਆ ਹੈ ਅਤੇ ਉਸ ਤੋਂ ਬਾਅਦ ਦੇਖੋ ਕੀ ਕਾਰਵਾਈ ਬਣਦੀ ਹੈ, ਉਹਦੇ ਹਿਸਾਬ ਨਾਲ ਕਰਨਗੇ। ਜਿਹੜੀ ਡੈਡ ਬੋਡੀ ਮਿਲੀ, ਕੀ ਮਾਮਲਾ ਜੀ? ਇਹ ਜੀ ਇੱਕ ਡਾਕਟਰੀ ਕਿੱਟ ਆਈ ਸੀ ਥਾਣਾ ਹਾਜੀਪੁਰ ਵਿਖੇ, ਵੀ ਇੱਕ ਲੜਕੇ ਦੀ ਨਹਿਰ 'ਚ ਡੁੱਬਣ ਕਰਕੇ ਮੌਤ ਹੋਈ ਹੈ। ਇਹ ਲੜਕੇ ਦਾ ਨਾਂ ਰੋਹਿਤ ਕੁਮਾਰ, ਸਨ ਆਫ ਰੋਹਿਤ ਰਾਣਾ, ਸਨ ਆਫ ਗੁਰਦਰਬ ਸਿੰਘ, ਵਾਸੀ ਬਟਲਾ, PSI ਜ਼ੂਆ। ਇਸ ਦੇ ਹੁਣ ਆਏ ਹਾਂ ਹੋਸਪਿਟਲ, ਬਾਕੀ ਅਗਲੀ ਕਾਰਵਾਈ ਵਾਲੇ ਵਾਰਸ ਆਉਂਦੇ ਨੇ ਮੌਕੇ 'ਤੇ, ਵਾਰਸਾਂ ਨੂੰ ਪੁੱਛ ਕੇ ਜੋ ਜਿੱਦਾਂ ਵੀ ਕਹਿਣਗੇ ਉਸ ਅਗਲੀ ਕਾਰਵਾਈ ਕਰਾਂਗੇ।